ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਥਾਈਂ ਇਹ ਦਰਸਾਇਆ ਹੈ ਕਿ ਜੇ ਟੋਟਾ ਆ ਜਾਏ ਤਾਂ ਕਿਸ ਨੂੰ ਘਾਟ ਘਟ ਪੈਂਦੀ ਹੈ ਟੋਟੇ ਵੇਲੇ ਦੂਸਰੀ ਕਲੇ ਦਰਸਾਈ ਹੈ ਕਿ ਚੜੀ ਸੂਰ ਜਦੋਂ ਆਕਾਰਣੇਠਾ ਆ ਜਾਂਦੀ ਹੈ ਤਾਂ ਟੋਟਾ ਪੈਂਦਾ ਹੈ ਇਸ ਦੇ ਕੀ ਕਾਰਨ ਹਨ ਕਿਉਂ ਸੂਰ ਠੇਠਾ ਆ ਜਾਂਦੀ ਹੈ ਤੇ ਤੀਸਰਾ ਫਿਰਸ ਦਾ ਇਲਾਜ ਕੀ ਹੈ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ 5 ਮਾਰਚ 1910 ਪਿਆਰੇ ਜੀ ਜੇ ਬਹੁਲਤਾ ਦੇ ਸਮੇਂ ਦੀ ਕਮਾਈ ਝਰ ਕੇ ਵਰਤੀ ਤੇ ਜਿਉਰੀ ਜਾਵੇ ਤਾਂ ਟੋਟੇ ਸਮੇਂ ਘਾਟ ਘਟ ਪੈਂਦੀ ਹੈ ਹਾਂਜੀ ਜੇ ਬਹੁਲਤਾ ਦੇ ਸਮੇਂ ਦੀ ਕਮਾਈ ਝਰ ਕੇ ਵਰਤੀ ਤੇ ਜਿਉਰੀ ਜਾਵੇ ਤਾਂ ਟੋਟੇ ਸਮੇਂ ਘਾਟ ਘਟ ਪੈਂਦੀ ਹੈ ਟੋਟੇ ਤ੍ਰੈ ਕਾਰਨਾ ਕਰਕੇ ਪੈਂਦੇ ਹਨ ਪਹਿਲਾ ਪਿਛਲੇ ਜਨਮਾਂ ਦੇ ਕਰਮਾਂ ਦੇ ਢੇੜ ਆ ਜਾਂਦੇ ਹਨ ਜੋ ਚੜੀ ਸੁਰਤ ਨੂੰ ਅਕਾਰਣ ੇਠਾਂ ਲੈ ਜਾਂਦੇ ਹਨ ਦੂਸਰਾ ਪੰਜਾਂ ਵਿਸ਼ਿਆਂ ਦੇ ਵਸ ਹੋ ਕੇ ਜਾਂ ਕਿਸੇ ਇੱਕ ਦੋ ਦੇ ਵਸ ਹੋ ਕੇ ਆਪਣੇ ਸਹਿਜ ਨੂੰ ਛੱਡ ਕੇ ਉਹਨਾਂ ਦੇ ਭੜਕਾ ਜਾਂ ਨੇ ਪੈਸ਼ਨ ਵਿੱਚ ਆ ਗਿਆਂ ਜਾਂ ਕੁਸੰਗ ਕੀਤਿਆਂ ਸੁਰਤ ੇਠਾਂਾਂ ਚਲੀ ਜਾਂਦੀ ਹੈ ਤੀਸਰਾ ਜੇ ਕਿਸੇ ਭਾਰੀ ਤੇ ਐਬਦਾਰ ਆਦਮੀ ਦੇ ਦਿਲ ਨੂੰ ਦਿਲ ਵਿੱਚ ਸਮਾਈਏ ਟੂ ਕਮ ਇਨ ਕੰਟੈਕਟ ਵਿਦ ਅਨਕਲੀਨ ਮਾਈਂਡਸ ਫਿਰ ਉਹਨਾਂ ਦੀ ਮੈਲ ਆਪਣੇ ਮਨ ਤੇ ਆ ਕੇ ਸੁਰਤ ਨੂੰ ਏਠਾਂ ਲੈ ਆਉਂਦੀ ਹੈ ਹਾਂਜੀ ਟੋਟੇ ਦੇ ਤਿੰਨ ਕਾਰਨ ਫਿਰ ਦੁਹਰਾ ਦਈਏ ਪਹਿਲਾ ਪਿਛਲੇ ਜਨਮਾਂ ਦੇ ਕਰਮਾਂ ਦੇ ਢੇੜ ਆ ਜਾਂਦੇ ਹਨ ਜੋ ਚੜੀ ਸੁਰਤ ਨੂੰ ਆਕਾਰਣ ਏਠਾਂ ਲੈ ਜਾਂਦੇ ਹਨ ਦੂਸਰਾ ਪੰਜਾਂ ਵਿਸ਼ਿਆਂ ਦੇ ਵਸ ਹੋ ਕੇ ਜਾਂ ਕਿਸੇ ਇੱਕ ਦੋ ਦੇ ਵਸ ਹੋ ਕੇ ਆਪਣੇ ਸਹਿਜ ਨੂੰ ਛੱਡ ਕੇ ਉਹਨਾਂ ਦੇ ਭੜਕਾ ਜਾਂ ਨੇ ਪੈਸ਼ਨ ਵਿੱਚ ਆ ਗਿਆਂ ਜਾਂ ਕੁਸੰਗ ਕੀਤਿਆਂ ਸੁਰਤ ਏਠਾਂਾਂ ਚਲੀ ਜਾਂਦੀ ਹੈ ਤੀਸਰਾ ਜੇ ਕਿਸੇ ਭਾਰੀ ਤੇ ਐਬਦਾਰ ਆਦਮੀ ਦੇ ਦਿਲ ਨੂੰ ਦਿਲ ਵਿੱਚ ਸਮਾਈਏ ਟੂ ਕਮ ਇਨ ਕੰਟੈਕਟ ਵਿਦ ਅਨਕਲੀਨ ਮਾਈਂਡਸ ਫਿਰ ਉਹਨਾਂ ਦੀ ਮਹਿਲ ਆਪਣੇ ਮਨ ਤੇ ਆ ਕੇ ਸੁਰਤ ਨੂੰ ਏਠਾਂਾਂ ਲੈ ਆਉਂਦੀ ਹੈ ਇਲਾਜ ਪਹਿਲਾ ਧਿਆਨ ਸਤਗੁਰ ਦਾ ਤੇ ਨਾਮ ਉਚਾਰ ਦਾ ਢੇੜਾ ਵਧੇਕ ਤਿਰਖਾ ਕਰਨਾ ਦੂਸਰਾ ਇਸ਼ਨਾਨ ਮਾਲਸ਼ ਕਪੜੇ ਬਦਲਨੇ ਇਕਾਂਤ ਜਾ ਕੇ ਗਜ ਕੇ ਬਾਣੀ ਪੜਨੀ ਪ੍ਰਾਰਥਨਾ ਕਿਸੇ ਨਿਜ ਦੇ ਸਤਸੰਗੀ ਦੇ ਦਰਸ਼ਨ ਗੁਸੰਗ ਦਾ ਤਿਆਗ ਤੀਸਰਾ ਆਪਣੇ ਦਿਲ ਨੂੰ ਆਪਣੇ ਤੋਂ ਵਧੇਕ ਉਜਲ ਦਿਲਾਂ ਨਾਲ ਰਗੜਨਾ ਪਰ ਇਸ ਤੋਂ ਪਹਿਲਾਂ ਰਟਨ ਦਾ ਢੇੜ ਅਤ੍ਰਿਖਾ ਕਰਨਾ ਚਾਹੀਏ ਲਹਾ ਚੜਾ ਵਾਰ-ਵਾਰ ਆਉਂਦੇ ਹਨ ਜੇ ਨੀਅਤ ਰਾਸਤੇ ਸਤਸੰਗ ਹੋਵੇ ਤਦ ਹਰ ਲਹਾ ਪਹਿਲੇ ਨਾਲੋਂ ਉੱਚੀਆਂ ਕਰਦਾ ਜਾਂਦਾ ਹੈ ਹਰ ਉਤਰਾਈ ਦੇ ਬਾਅਦ ਚੜ੍ਹਾਈ ਆਉਂਦੀ ਹੈ ਖੁਸ਼ੀ ਨੂੰ ਜੀਉਣਾ ਕਠਿਨ ਹੈ ਅਜਰ ਵਸਤੂ ਜਰੀ ਨਹੀਂ ਜਾਂਦੀ ਜਦੋਂ ਕੋਈ ਭੁੱਲ ਕੀਤੀ ਫਿਰ ਗਿਰਾਵ ਆਉਂਦਾ ਹੈ ਉਹ ਜਰਨ ਦੀ ਜਾਂਚ ਦੱਸ ਕੇ ਲੰਘ ਜਾਂਦਾ ਹੈ ਐਉ ਆਦਮੀ ਟਰਦਾ ਸਿੱਖਦਾ ਤੇ ਉਨਤ ਹੁੰਦਾ ਹੈ ਕਦੇ ਕਦੇ ਦੇਵ ਜਨਾਂ ਨੂੰ ਲੋੜ ਪੈਂਦੀ ਹੈ ਕਿ ਸਾਡੀ ਮੱਤ ਟਿਕਾਣੇ ਰੱਖਣ ਲਈ ਸਾਡੇ ਵਿਤ ਅਨਸਾਰ ਸਹਜੇ ਸਹਜੇ ਪਚਵੀਂ ਤਰੱਕੀ ਕਰ ਦੇਣ ਜਦੋਂ ਸੁਰਤ ਗਿਰੇ ਤਦੋਂ ਦਿਲ ਹਾਰਨਾ ਠੀਕ ਨਹੀਂ ਹੁੰਦਾ ਉਦੋਂ ਜੁੱਧ ਦਾ ਵੇਲਾ ਆਉਂਦਾ ਹੈ ਮਨੋਰਾਕਿ ਸਾਡੇ ਅੰਦਰ ਆਵੜੇ ਹਨ ਹੁਣ ਵੇਲਾ ਜੰਗ ਦਾ ਹੈ ਦਬਾ ਦਬ ਤੋਪਖਾਨਾ ਭੀੜ ਕੇ ਗੋਲੇ ਚਲਾ ਵਾਤਵਜਨ ਟੰਮਕ ਧੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਨਿਆਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕਣ ਜੀ ਵਧਿਕ ਜ਼ੋਰ ਨਾਲ ਗੇੜ ਚੱਲੇ ਇਸ ਵੇਲੇ ਨਾਮ ਲੈਣਾ ਅਸੂਰੀ ਸੰਪਦਾ ਉੱਤੇ ਗੋਲਾਬਾਰੀ ਕਰਨੀ ਹੈ ਅਖੀਰ ਫਤਹਿ ਤੁਹਾਡੀ ਹੋਵੇਗੀ ਇਹੋ ਰੋਜ਼ ਖਾਲਸਾ ਜੀ ਫਤਹਿ ਆਖਦਾ ਹੈ ਜਦੋਂ ਫਤਹਿ ਪਾ ਲਈ ਰਾਕਸ਼ ਉੱਡ ਗਏ ਫਿਰ ਹੋਲੇ ਫੁੱਲ ਆਨੰਦ ਚੜਦੀਆਂ ਕਲਾਂ ਇਸ ਦਸ਼ਾ ਵਿੱਚ ਜੋ ਨਾਮ ਜਪਣਾ ਹੈ ਸੋ ਨਾਮ ਦਾ ਰਸ ਲੈਣਾ ਹੈ ਇਸ ਵੇਲੇ ਦਾ ਜਾਪ ਬ੍ਰह्म ਆਨੰਦ ਹੈ ਰਾਮ ਰਸ ਹੈ ਸੁਖ ਫਲ ਹੈ ਪਰਮ ਰਸ ਹੈ ਨਿਮਖ ਇੱਕ ਪ੍ਰੇਮ ਮੂਸਨ ਵਾਲਾ ਹੈ ਜਦ ਫਿਰ ਗਿਰਾਵ ਆਉਂਦਾ ਹੈ ਤਦ ਨਾਮ ਤੋਪਖਾਨਾ ਹੈ ਜਦ ਫਿਰ ਚੜੇ ਤਦ ਫਿਰ ਆਨੰਦ ਦੀ ਓਟਾਰੀ ਦਾ ਮੇਲ ਹੈ ਸੁਖ ਫਲ ਹੈ ਵੀਰ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ